Next station. ਤੁਸੀਂ ਵੇਖ ਸਕਦੇ ਹੋ ਵੀ ਹੱਦੋਂ ਵੱਧ ਜਿਹੜੀ ਦੁਨੀਆ ਅੱਜ ਨਿਊ ਈਅਰ ਤੇ ਬੁਰਜ ਖਲੀਫਾ ਜਾ ਰਹੀ ਆ। ਲੋ ਜੀ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਸੋ ਆਪਾਂ ਅੱਜ ਨਵੇਂ ਵਲੌਗ ਦੀ ਸ਼ੁਰੂਆਤ ਕਰਦੀ ਆ। ਹੈਪੀ ਨਿਊ ਈਅਰ ਤੋਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ। ਹਾਂ, ਤੇ ਜਿੰਨੇ ਆਪਣੇ ਵਲੌਗ ਵੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਈਅਰ। ਤੇ ਅੱਜ ਆਪਾਂ ਜਿਹੜੀ ਵਲੌਗ ਦੀ ਸਟਾਰਟਿੰਗ ਕੀਤੀ ਆ ਉਹ ਕੀਤੀ ਆ ਬੁਰਜ ਖਲੀਫਾ ਤੋਂ। ਜਿਵੇਂ ਸਮਝੋ ਵੀ ਜਿਹੜੀ ਜਨਤਾ ਆ ਉਹ ਹੱਦੋਂ ਵੱਧ ਆਈ ਹੈ ਜਿਹੜੀ ਇੱਥੇ ਬੁਰਜ ਖਲੀਫਾ ਵੇਖਣ ਲਈ। ਸੋ ਇੱਕ ਉਹਨਾਂ 'ਚੋਂ ਆਪਾਂ ਵੀ ਪਹੁੰਚ ਗਏ ਹਾਂ ਜਨਤਾ ਦੇ ਵਿੱਚ। ਅਤੇ ਬਾਅਦ ਵਲੌਗ ਪੂਰਾ ਘੈਂਟ ਆ, ਤੁਸੀਂ ਸਾਰਾ ਵੇਖਿਓ ਐਂਡ ਤੱਕ ਵਲੌਗ। ਲਓ ਜੀ, ਉੱਪਰ ਨਾ ਮੈਟਰੋ ਹੀ ਆਪਾਂ ਜਾ ਰਹੇ ਹਾਂ ਅਤੇ ਉੱਥੇ ਜਿਹੜੀ ਆ ਲੋਕ ਹੱਦੋਂ ਵੱਧ ਗਿਣਤੀ ਜਾ ਰਹੇ ਆ, ਅਣਗਿਣਤ ਲੋਕ ਹੈ ਕਹਿਣ ਕਿਸਾਂ ਦੇ। ਅਤੇ ਹੁਣ ਸਾਹਮਣੇ ਹੈਗਾ ਬੁਰਜ ਖਲੀਫਾ ਅਤੇ ਨਵੇਂ ਸਾਲ 'ਤੇ ਆਪਾਂ ਜਾ ਰਹੇ ਬੁਰਜ ਖਲੀਫਾ। ਪਰ ਜਿਹੜੀ ਸੰਗਤ ਆ ਬਹੁਤ ਜ਼ਿਆਦਾ, ਉਹ ਜਾ ਨਹੀਂ ਦੇ ਰਹੇ। ਹੁਣ ਵੇਖਦੇ ਸ਼ਾਇਦ ਬਾਹਰ ਬਾਹਰ ਜਾਣ ਦੇਣ ਕਿੱਧਰੋਂ ਦੀ। ਅਤੇ ਪਿੱਛੇ ਮੇਰੇ ਤੁਸੀਂ ਵੇਖ ਸਕਦੇ ਜਨਤਾ ਜਿਹੜੀ ਆ ਬਹੁਤ ਜ਼ਿਆਦਾ, ਮੁੰਡਾ ਹੀ ਮੁੰਡਾ ਨਜ਼ਰ ਆ ਰਿਹਾ। ਹਾਂਜੀ, ਹੁਣ ਆਪਾਂ ਫਾਈਨਲੀ ਜਿਹੜਾ ਆਪਾਂ ਬੁਰਜ ਖਲੀਫਾ ਪੁੱਜ ਗਏ ਹਾਂ। ਅਤੇ ਬਾਕੀ ਤੁਸੀਂ ਜਿਹੜੀ ਬੁਰਜ ਖਲੀਫਾ ਦੀ ਜਿਹੜੀ ਪਬਲਿਕ ਆ ਤੁਸੀਂ ਵੇਖ ਸਕਦੇ ਹੋ ਕਰਾਊਡਲੀ ਏਰੀਆ ਕਿੰਨਾ ਆ। ਬਾਕੀ ਆਪਾਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਵਾਂਗੇ, ਉਹ ਕਿਤੇ ਬਹਿ ਕੇ ਸੁਣਾਉਂਦੇ ਤੁਹਾਨੂੰ ਗੱਲ ਵੀ ਆਪਾਂ ਜਿਹੜੀ ਬੁਰਜ ਖਲੀਫਾ ਜਿਹੜੀ ਐਂਟਰੀ ਆ ਉਹ ਆਪਾਂ ਕਿੱਦਾਂ ਕੀਤੀ ਆ। ਬਾਕੀ ਜਿਹੜੇ ਉਹਨਾਂ ਲਾਈਟਿੰਗ ਇਸ਼ੂ ਆ ਚੱਲ ਰਿਹਾ ਅਤੇ ਲੋਕ ਜਿਹੜੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਆ ਬੁਰਜ ਖਲੀਫਾ ਦੇ ਅੰਦਰ। ਜਿੱਦਾਂ ਕਿ ਆਪਾਂ ਪਹੁੰਚੇ ਹਾਂ, ਜਿਹੜੀ ਆਪਣੀ ਕਹਾਣੀ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਕਿੱਦਾਂ ਜਿਹੜੀ ਬੁਰਜ ਖਲੀਫਾ ਦੇ ਵਿੱਚ ਐਂਟਰੀ ਕੀਤੀ ਆ। ਅਤੇ ਆਪਾਂ ਕਿਤੇ ਨਾ ਜਗ੍ਹਾ ਲੱਭ ਰਹੀ ਹੈ ਬਹਿਣ ਵਾਲੀ, ਬਹਿਣ ਨੂੰ ਜਗ੍ਹਾ ਇੱਥੇ ਕਿਤੇ ਵੀ ਨਹੀਂ ਹੈਗੀ, ਫਿਰ ਵੀ ਆਪਾਂ ਇੱਥੇ ਬੈਠ ਕੇ ਅਤੇ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਲਓ ਜੀ, ਬੁਰਜ ਖਲੀਫਾ 'ਚ ਇਹਨਾਂ ਨੇ ਜਿਹੜਾ ਲਾਈਟਿੰਗ ਦਾ ਜਿਹੜਾ ਨਾ ਇਹਨਾਂ ਨੇ ਉਹ ਸੋਨੇ ਟਾਈਪ ਊਠ ਤਿਆਰ ਕੀਤਾ ਗਿਆ ਜੀ। ਲਾਜਵਾਬ ਲੱਗ ਰਿਹਾ ਵੀ ਨਿਰੀਆਂ ਲਾਈਟਾਂ ਕਰਤੀ ਇਹਨਾਂ 'ਚ ਅੱਜ। ਆ ਜਿਹੜਾ ਬੁਰਜ ਖਲੀਫਾ ਆ ਪੂਰਾ ਜਗਮਗ ਕਰ ਰਿਹਾ। ਇਹਨਾਂ ਨੇ ਨਾ ਕੋਈ 11:30 ਵਜੇ ਜਿਹੜੀ ਆਤਿਸ਼ਬਾਜ਼ੀ ਚਲਾਉਣੀ ਆ, ਅਤੇ ਜਿਹੜਾ ਇਸ ਟਾਈਮ ਟਾਈਮ ਕੋਈ ਹੋ ਗਿਆ ਕੋਈ 10:30 ਦਾ। ਸੋ ਉਹ ਅੱਜ ਆਪਾਂ ਵੇਖਣ ਆਏ ਹਾਂ। ਉੱਧਰ ਸਾਹਮਣੇ ਨਾ ਚੱਲਦਾ ਪਿਆ ਆ ਕੌਂਸੈਕਟ ਚੱਲਦਾ ਪਿਆ, ਸਿੰਗਰ ਵਗੈਰਾ ਆਏ ਹੁਣ ਗਰਾਤ ਨੂੰ, ਕਿਉਂਕਿ ਹਨੇਰਾ ਲੱਭਦਾ ਕੁਛ ਪਿਆ ਨਹੀਂ ਆ ਅਤੇ ਨਾ ਸਾਨੂੰ ਇਹਨਾਂ ਦੀ ਕੋਈ ਸਮਝ ਆਉਣੀ ਆ ਵੀ ਇਹ ਕੀ ਗਾ ਰਹੀ ਹੈ, ਕਿਉਂਕਿ ਜ਼ਿਆਦਾਤਰ ਜਿਹੜੀ ਇੱਥੇ ਸਿੰਗਿੰਗ ਹੁੰਦੀ ਆ ਉਹ ਹੁੰਦੀ ਆ ਅਰਬੀ ਦੇ ਵਿੱਚ, ਉਹ ਆਪਾਂ ਨੂੰ ਕੋਈ ਸਮਝ ਨਹੀਂ ਆਉਂਦੀ। ਜਿਹੜੀ ਆਤਿਸ਼ਬਾਜ਼ੀ ਚੱਲਣੀ ਆ ਉਹ ਰਾਤ ਨੂੰ ਉਹ ਆਪਾਂ ਜੀ ਦੇਖਾਂਗੇ। ਲੋਕ ਅੱਜ ਬੁਰਜ ਖਲੀਫਾ ਜੇ ਇੱਦਾਂ ਬੈਠ ਕੇ ਦੇ ਵਿੱਚ ਪਹੁੰਚੇ ਹੋਏ ਨੇ ਇੱਥੇ, ਵਿਦੇਸ਼ਾਂ ਦੀਆਂ ਧਰਤੀਆਂ ਤੋਂ ਇੱਥੇ ਲੋਕ ਪਹੁੰਚ ਚੁੱਕੇ ਆ ਵੀ ਪੈਰ ਰੱਖਣ ਨੂੰ ਜਗ੍ਹਾ ਕਹਿੰਦੇ ਇੱਥੇ ਬਹੁਤ ਮੁਸ਼ਕਲ ਆ ਮੇਰੇ ਵੀਰੇ, ਪੈਰ ਰੱਖਣ ਨੂੰ ਜਗ੍ਹਾ ਨਹੀਂ ਲੱਭ ਰਹੀ ਇੱਥੇ, ਇੱਦਾਂ ਇੰਜੋਇਮੈਂਟ ਲੋਕ ਕਰ ਰਹੇ ਜਿਹੜੇ ਆ ਰਹੇ ਆ। ਕਹਿੰਦੇ ਕਿੱਥੋਂ ਆ ਗਏ, ਕਹਿੰਦੇ ਦੁਬਈ ਦੀ ਧਰਤੀ ਤੇ ਆ ਗਏ ਆ ਜੀ, ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਜਿਹੜੀ ਆ ਬਹੁਤ ਕੀਮਤੀ ਆ ਵੀ। ਤੇ ਵੇਖ ਸਕਦੇ ਹੋ ਵੀ ਜਿਹੜੇ ਬਹੁਤ ਵੱਡੀ ਗਿਣਤੀ ਜਿਹੜੇ ਲੋਕ ਪਹੁੰਚੇ ਹੋਏ ਆ ਤੇ ਥੱਲੇ ਬਹਿ ਕੇ ਇੰਜੋਇਮੈਂਟ ਕਰ ਰਹੇ, ਕਿਉਂਕਿ ਪੈਰ ਨੂੰ ਜਗ੍ਹਾ ਇੱਥੇ ਬਿਲਕੁਲ ਨਹੀਂ ਹੈਗੀ। ਲਓ ਜੀ, ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਜਿਹੜੀ ਆਪਾਂ ਅੰਦਰ ਜਿਹੜੀ ਐਂਟਰੀ ਆ ਦੁਬਈ ਮਾਲ ਜਾਣੀ ਕਿ ਬੁਰਜ ਖਲੀਫਾ ਦੀ ਕਿੱਦਾਂ ਕੀਤੀ ਆ। ਅਤੇ ਆਪਾਂ ਪਹਿਲਾਂ ਨਾ ਅੰਦਰ ਆ ਗਈ ਸੀ ਅਤੇ ਉਹ ਕਹਿੰਦੇ ਵੀ ਪੂਰਾ ਘੁਮਾ ਘੁਕਾ ਨਾਲ ਉਹਨਾਂ ਨੇ ਫਿਰ ਬਾਹਰ ਕੱਢਤਾ। ਫਿਰ ਆਪਾਂ ਇੱਕ ਅੰਦਰ ਆਏ ਹਾਂ ਵੀ ਸਾਨੂੰ ਅੰਦਰ ਜਾਣ ਦੇਣਗੇ, ਉਹ ਕਹਿੰਦੇ ਵੀ ਅੱਜ ਅਲਾਊਡ ਨਹੀਂ ਹੈਗਾ, ਤੁਸੀਂ 12:45 ਵਜੇ ਤੋਂ ਬਾਅਦ ਆ ਸਕਦੇ ਅੰਦਰ ਆਉਣਾ। ਮੈਂ ਕਹਿੰਦਾ ਪੁੱਛ ਕੁਝ ਨਾ, ਬੜਾ ਕੰਮ ਵਾਪਸ ਮੁੜਨ ਵਾਲਾ ਹੀ ਹੋ ਗਿਆ ਸਾਹਿਬ। ਵਿਚਾਰੀਆਂ ਕੁੜੀਆਂ ਦੋ ਲੱਭੀਆਂ ਪੰਜਾਬਣਾ, ਉਹਨਾਂ ਨੇ ਵਿਚਾਰੀ ਨੇ ਐਂਟਰੀ ਕਰਾਈ ਸਾਡੀ। ਕੁੜੀਆਂ ਨੂੰ ਇਕੱਲਾ ਅਲਾਊਡ ਵਾ, ਕਦੀ ਵੀ ਨੈਕਸਟ ਟਾਈਮ ਤੁਸੀਂ ਦੁਬਈ ਆਉਣਾ ਜੀ ਨਿਊ ਈਅਰ 'ਤੇ, ਇਹ ਗੱਲ ਹਮੇਸ਼ਾ ਯਾਦ ਰੱਖੋ, ਆਪਣੀ ਫੈਮਿਲੀ ਦੇ ਨਾਲ ਆਓ, ਫੈਮਿਲੀ ਦੇ ਨਾਲ ਐਂਟਰੀ ਮਿਲ ਜਾਂਦੀ ਹੈ, ਨਹੀਂ ਤਾਂ ਫੈਮਿਲੀ ਤੋਂ ਬਗੈਰ ਜੇ ਤੁਸੀਂ ਸਿੰਗਲ ਪਰਸਨ ਹੋ ਤੁਹਾਨੂੰ ਐਂਟਰੀ ਨਹੀਂ ਮਿਲੇਗੀ। ਜੇ ਤੁਸੀਂ ਐਂਟਰੀ ਲੈਣੀ ਹੈ ਤਾਂ ਸਵੇਰੇ ਤੁਹਾਨੂੰ ਇੱਥੇ 9:10 ਵਜੇ ਐਂਟਰੀ ਤੁਸੀਂ ਅੰਦਰ ਕਰੋਗੇ, ਫਿਰ ਰਾਤ 12 ਵਜੇ ਤੱਕ ਅੰਦਰ ਬੈਠੇ ਰਹੋਗੇ, ਫਿਰ ਤੁਸੀਂ ਵੇਖ ਸਕਦੇ ਹੋ ਬੁਰਜ ਖਲੀਫਾ ਦਾ ਸ਼ੋਅ ਜਿਹੜਾ ਨਿਊ ਈਅਰ 'ਤੇ ਸੈਲੀਬ੍ਰੇਟ ਹੁੰਦਾ ਵਾ। ਜੇ ਤੁਸੀਂ ਆਖੋ ਵੀ ਅਸੀਂ 6-7 ਵਜੇ ਨਾ, 5 ਵਜੇ ਨਾ, 4 ਵਜੇ ਨਾ ਆਣ ਕੇ ਈਵਨਿੰਗ ਵੀ ਐਂਟਰੀ ਕਰੀਏ, ਉਹ ਗੱਲ ਭੁੱਲ ਜਾਓ, ਤੁਸੀਂ ਉਹ ਗੱਲ ਦਿਲ 'ਚ ਕੱਢ ਦਿਓ। ਜੇ ਤੁਸੀਂ ਐਂਟਰੀ 6-7-8 ਵਜੇ ਨਾਲ ਕਰਨੀ ਚਾਹੁੰਦੇ ਹੋ, ਫਿਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਓ, ਆਪਣਾ ਇੰਜੋਇਮੈਂਟ ਕਰੋ। ਤੁਹਾਨੂੰ ਦੱਸਦੇ ਹਾਂ ਵੀ ਨਾ ਕੁੜੀਆਂ ਜਿਹੜੀਆਂ ਸੀ ਵਿਚਾਰੀਆਂ ਦੂਰ ਤੇ ਖੜੀਆਂ ਸੀ ਬਾਹਰ, ਹੈ ਨਾ, ਤਾਂ ਉਹ ਕਿਤੇ ਭੁੱਲ ਗਈ ਸੀ ਰਸਤਾ, ਉਹਨਾਂ ਨੇ ਜਾਣਾ ਕਿਤੇ ਹੋਰ, ਆ ਕਿਤੇ ਹੋਰ ਗਈਆਂ। ਅਤੇ ਉਹਨਾਂ ਕੋਲ ਵਿਚਾਰੀਆਂ ਗਏ ਆਪਾਂ ਤਰਲੇ ਮਾਰੇ ਵੀ ਭੈਣ ਬਣ ਕੇ ਸਾਨੂੰ ਅੰਦਰ ਵਾੜ ਦਿਓ, ਅਤੇ ਉਹਨਾਂ ਨੇ ਸਾਨੂੰ, ਚਲੋ ਉਹਨਾਂ ਦਾ ਧੰਨਵਾਦ ਕੁੜੀਆਂ ਦਾ ਜਿਹੜਾ ਸਾਨੂੰ ਅੰਦਰ ਐਂਟਰੀ ਦਈ ਆ,
ਇੱਥੇ ਅਲਾਊਡ ਆ ਲੇਡੀਜ਼ ਨਾਲ ਤੁਸੀਂ ਕੋਈ ਵੀ ਲੇਡੀਜ਼ ਤੋਂ ਵੀ ਨਾਲ ਚੱਲ ਜਾਓ ਤੁਹਾਨੂੰ ਐਂਟਰੀ ਮਿਲ ਜਾਣੀ ਅਤੇ ਤੁਹਾਨੂੰ ਪੁਲਿਸ ਜਿਹੜੀ ਆ ਉਹ ਤੁਹਾਨੂੰ ਬਾਹਰ ਕੱਢ ਦੇਗੀ ਉਹਨਾਂ ਭੈਣਾਂ ਦਾ ਧੰਨਵਾਦ ਜੀ ਸਾਨੂੰ ਦੋਵਾਂ ਭਰਾਵਾਂ ਨੂੰ ਅੰਦਰ ਐਂਟਰੀ ਦਿੱਤੀ ਆ ਕਿ ਨਜ਼ਾਰਾ ਲੈ ਰਹੇ ਭਰਾ ਅੰਦਰ ਬੈਠ ਕੇ पूरा शो आवे सो हुण तुसीं दर्शन करो बुर्ज खलीफा दे ਇਹ ਅੱਜ ਬੜਾ ਸ਼ਾਂਤ ਬੈਠਾ ਬੁਰਜ ਖਲੀਫਾ ਨਹੀਂ ਤਾਂ ਲਾਈਟਿੰਗ ਚੱਲਦੀ ਰਹਿੰਦੀ ਸੀ ਅੱਜ ਜਿਹੜਾ ਚਲਾ ਨਹੀਂ ਰਹੇ ਨਾ ਚਲਾਉਣੀ ਆ ਕੋਈ 11:30 ਬਾਈ ਕੋਈ ਧਮਾਕਾ ਹੀ ਕਰਨਗੇ ਅੱਜ ਜਨਤਾ ਪੂਰੀ ਬੈਠੀ ਆ ਬਸ ਚੌਂਕੜੀਆਂ ਮਾਰ ਕੇ ਬਹਿ ਕੇ ਲੋਕ ਥੱਕ ਗਏ ਨੇ ਜਿਹੜੇ ਲੋਕ ਖਾਣ ਪੀਣ ਨਾਲ ਲੈ ਕੇ ਆਏ ਨੇ ਪਰ ਆਪਾਂ ਘਰੋਂ ਰੱਜ ਬੁਰਜ ਕੇ ਆਏ ਹਾਂ ਲਓ ਜੀ ਟਾਈਮ ਹੋ ਗਿਆ ਹਾਲੇ 11:15 ਦਾ ਬਹੁਤ ਜ਼ਿਆਦਾ ਆਪਾਂ ਵੇਟ ਕਰ ਰਹੇ ਹਾਂ ਵੀ ਕਦੋਂ ਜਿਹੜੀ ਆ ਆਤਿਸ਼ਬਾਜ਼ੀ ਚੱਲੇ ਅਤੇ ਆਪਾਂ ਵੇਖ ਕੇ ਜਾਈਏ ਪਰ ਹੁਣ ਬੰਦੇ ਨੂੰ ਸਾਡੇ ਨੂੰ ਨੀਂਦ ਵੀ ਆ ਰਹੀ ਆ ਵੀਰ ਭਰਾ ਨੂੰ ਕਹਿੰਦਾ ਯਾਰ ਨੀਂਦ ਬੜੀ ਆ ਰਹੀ ਆ ਅਤੇ ਕੀ ਕਰਿਆ ਜਾਏ ਹੁਣ ਆਪਾਂ ਅੰਦਰ ਐਂਟਰੀ ਕਰ ਲਈ ਆ ਅਤੇ ਹੁਣ ਆਪਾਂ ਜਾਣਾ ਵੇਖ ਕੇ ਕਿਉਂਕਿ ਉੱਦਾਂ ਆਪਾਂ ਜਾਣ ਸਕਦੇ ਪਿੱਛੇ ਮੇਰੇ ਮੈਟਰੋ ਸਟੇਸ਼ਨ ਆ ਤੁਹਾਨੂੰ ਦੱਸ ਦਿੰਦੇ ਉਹ ਸਾਹਮਣੇ ਵਾਲਾ ਆਹ ਵਾਲਾ ਇਹ ਹੈਗਾ ਮੈਟਰੋ ਦਾ ਜਿਹੜਾ ਹੈਗਾ ਰੋਡ ਆ ਪੂਰਾ ਅੰਦਰ ਵਾਲਾ ਅਤੇ ਉਹ ਇਸ ਟਾਈਮ ਬੰਦ ਪਿਆ ਹੁਣ ਸਾਰਾ ਕੁਛ ਬੰਦ ਆ ਬਾਹਰ ਨਹੀਂ ਆਪਾਂ ਜਾ ਸਕਦੇ ਜਿੰਨਾ ਤੱਕ ਜਿਹੜੀ ਆਤਿਸ਼ਬਾਜ਼ੀ ਚੱਲਦੀ ਨਹੀਂ ਆ ਉਹ ਵੇਖ ਕੇ ਫਿਰ ਬਾਹਰ ਆਪਾਂ ਐਂਟਰੀ ਕਰਾਂਗੇ ਅਤੇ ਉਹ ਵੇਟ ਕਰ ਰਹੇ ਹਾਂ ਬਸ ਅਤੇ ਨਾਲ ਤੁਹਾਨੂੰ ਵੀ ਦਿਖਾ ਲਾਂਗੇ ਹਾਂਜੀ ਹੁਣ ਜਿਹੜਾ ਆਪਣਾ ਸ਼ੋਅ ਆ ਉਹ ਸ਼ੁਰੂ ਹੋਣ ਲੱਗਾ ਆ ਬਸ ਕਿ ਤੁਸੀਂ ਵੇਖ ਸਕਦੇ ਜਿਹੜੀ ਉਹ ਲਾਈਟਾਂ ਨਾ ਨਿਕਲ ਗਈਆਂ ਸਾਹਮਣੇ ਲਾਈਟਾਂ ਉਹ ਦਿਖਾਈ ਨਹੀਂ ਦੇ ਰਹੀ ਹੋਗੀ ਪਰ ਮੈਨੂੰ ਦਿਖਾਈ ਦੇ ਰਹੀਆਂ ਵੇਖੋ ਆਹ ਵੇਖੋ ਕਿਆ ਬਾਤ ਆ ਲੋਕਾਂ ਦੇ ਲਗਭਗ ਸਾਰਿਆਂ ਦੇ ਜਿਹੜੇ ਕੈਮਰੇ ਆ ਉਹ ਚੱਲ ਗਏ ਆ ਲੋਕਾਂ ਨੇ ਆਪਣੇ ਕੈਮਰੇ ਖੋਲ੍ਹ ਲਿਆ ਕਿਉਂਕਿ ਹੁਣ ਜਿਹੜੀ ਵੀਡੀਓ ਬਣੀਆਂ ਨੇ ਉਹ ਅੱਜ ਹੈਪੀ ਨਿਊ ਈਅਰ 'ਤੇ ਬਣੀਆਂ ਨੇ ਵੇਖਦੇ ਹਾਂ ਅੱਜ ਨਵਾਂ ਕੀ ਦਿਖਾਉਂਦੇ ਆ ਇਹ ਕਰ ਦਿਓ ਕੁਛ ਭਰਾਵੋ ਇਹ ਹੌਲੀ ਹੌਲੀ ਲਾਟਾਂ ਕੱਢਣ ਦੇ ਬਾਹਰ ਮਾਰਦੋ ਮਾਰਦੋ ਚੀਕਾਂ ਮੁੰਡਿਓ ਮਾਰਦੋ ਕਿਆ ਬਾਤ ਆ ਲਓ ਜੀ ਉਹ ਵੇਖੋ ਰੰਗ ਬਿਰੰਗੀ ਲਾਈਟਾਂ ਨਿਕਲਦੀਆਂ ਨੇ ਹੁਣ ਅੱਜ ਕੀਤੀ ਨਵੀਂ ਇੱਥੇ ਆਤਿਸ਼ਬਾਜ਼ੀ ਵਾਹ 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 ਕਿਆ ਬਾਤ ਆ ਯਾਰ ਪੂਰੇ ਬੁਰਜ ਖਲੀਫਾ ਜਿਹੜੀ ਆਤਿਸ਼ਬਾਜ਼ੀ ਚੱਲਦੀ ਪਈ ਆ ਤੁਸੀਂ ਵੇਖਦੇ ਹੋ ਵੀ ਕਿੱਦਾਂ ਕੀਤਾ ਹੋਊਗਾ ਹਾਲੇ ਕਿ ਇੱਥੇ ਸਾਰੇ ਸ਼ੀਸ਼ੇ ਲੱਗੇ ਆ ਸ਼ੀਸ਼ੇ ਦੀ ਬਣੀ ਆ ਫਿਰ ਵੀ ਜਿਹੜੀ ਆ ਪਟਾਕੇ ਵਗੈਰਾ ਕਿੱਦਾਂ ਚਲਾਉਂਦੀਆਂ ਹੋਣਗੀਆਂ ਹਲਵਾਈਆਂ ਵਗੈਰਾ ਜਿੱਦਾਂ ਵੀ ਹੈ ਨਾ ਤੁਸੀਂ ਦੇਖਦੇ ਹੋ ਧੌਣਾ ਸਾਰੇ ਦੀ ਤਾਂ ਹੀ ਰਹਿ ਗਈਆਂ ਨੇ ਵੇਖਦੇ ਹੋ ਵੇਖਿਓ ਸਾਰੇ ਲੋਕਾਂ ਨੇ ਧੌਣਾ ਤਾਂ ਹੀ ਨੇ ਧੌਣ ਥੱਕ ਗਈ ਭਰਾਵਾ ਵੇਖ ਕੇ ਤਾਂ ਵੇਖ ਸਕਦੇ ਹੋ ਲੋਕਾਂ ਦੀ ਜਿਹੜੇ ਧੌਣਾ ਨੇ ਤਾਂ ਹੀ ਨੇ Thank you.
ਵਾਹ ਜੀ ਵਾਹ। वाह जी वाह, क्या बात है। तो वेख सकते भी किदा इन्होंने सैटिंग की होगी, जिनी भी बिल्डिंग आ हर बिल्डिंग तो जोड़े आ पटाके चल रहे ने, वो भी पूरी टाइमिंग ते। प्रदूषण हो गया, देखो कमाल की पई यार इन्होंने, आतशबाजी जी जड़ी इन्होंने कमाल करती है। अगर तुम जड़ी आ दुनिया ती वेख सकते हो किन्नी दुनिया आई आ, सिर्फ एक शो देखने लिए पहुंचे ने सारी दुनिया। लगता भी समाप्ति हो गई आ, दिवाली देखो, दिवाली का मजा आ रहा देखा कैंट। हैप्पी न्यू ईयर दिवाली जी, बाकी हम मेरे लगता समाप्ति हो गई क्योंकि दोबारा तो कोई इन्होंने पटाखा चलाया नहीं। हम आप भी हौली हौली जी घर चलते हैं क्योंकि इतों टाइम लगना है, बहर जाते निकलते हैं इतों आप मैट्रो लैके, सो हम चलते हैं बहर।
लो जी कुंभ का मेला वेख के आप चले घर जेडी दुनिया ती वेख सकते हो भी यार कोई गिनती नहीं आ मतलब गिनती तो बाहर आ दुनिया मामा पुत नहीं सामनी अपने दुनिया बहुत ज्यादा आई आजी हूं बंदे अपने जेडे बुर्ज खलीफा तो हैप्पी न्यू ईयर जेडी आ दिवाली वेख के वापस देखो कि जनता पूरे रोड ते जनता ही जनता अज कोई रड़ा रूल कोई फॉलो नहीं कर रहे इत जिदा मर्जी आ जा रहे ने संगत कोई सिग्नल नहीं वेख रहे हूं हैप्पी न्यू ईयर ते जिदा रहना जाओ जी मेरे वीरियो तुसी वेख सकते हो भी मैट्रो के चक्कर च इन्नी भीड़ आ के अगे जाना भी साडा औखा होया पिया इतो आप थोड़ा दूर आ कोई दस किलोमीटर दूर आ पर इत जी पबलिक आ बहुत ज्यादा आ बस एक मैट्रो दे करके क्योंकि इस टाइम जी बसा टैक्सिया बंद ने नहीं चल रही मैट्रो चलती पई है वह भी सिर्फ एक घंटा होर आ ज्यादा नहीं तो आप वेखते सू मिलती या नहीं मिलती इसे भी इतने इन्होंने जो बंदे डक छड़े इस टाइम जो ब्लॉग वधिया लगा तो शेयर लाइक कमेंट कर दियो चैनल करो सबसक्राइब फिर मिलते हैं तुम कहीं नवे ब्लॉग के।